ਡਿਫੈਂਸ 'ਚ ਇਸ ਕਰਕੇ ਨਹੀਂ ਆਏ ਕਿ ਉਹਨੇ ਕੈਚ ਛੱਡਿਆ ਅਤੇ ਲੋਕ ਉਹਨੂੰ ਕਹਿਣ ਲੱਗੇ, ਲੋਕ ਉਹਨੂੰ ਖਾਲਿਸਤਾਨੀ ਕਹਿਣ ਲੱਗੇ। ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਸ਼ੇਮ ਔਨ ਯੂ ਜਿਹੜੇ ਬੰਦੇ ਇਹ ਗੱਲਾਂ ਕਰ ਰਹੇ ਆ। ਯਾਰ ਇਸ ਮੈਚ ਕੇ ਸਾਰਾ ਕਾ ਸਾਰਾ ਸਵੈਗ ਮੇਰੇ ਦੋਸਤ ਕਾ ਨਿਕਲਿਆ, ਇੱਕ ਤਾਂ ਜ਼ੀਰੋ ਕੇ ਉੱਪਰ ਆਊਟ ਹੋ ਗਿਆ, ਉੱਪਰ ਸੇ ਪਹਿਲੇ ਓਵਰ ਕੇ ਅੰਦਰ ਹੀ ਆਪਣੇ ਕੋਈ 14 ਰਨਸ ਖਾ ਲਏ ਮੇਰੇ ਦੋਸਤ ਨੇ। ਫਾਈਨਲੀ ਅਸੀਂ ਹਾਰ ਗਏ। ਐਨੀਵੇਜ਼, ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਕਿਹਾ ਸੀਗਾ ਕਿ ਮੈਂ ਮੈਚ ਵੇਖੂੰਗਾ, ਮੈਂ ਮੈਚ ਵੇਖਿਆ, ਦੋਨਾਂ ਟੀਮਾਂ ਨੇ ਬਹੁਤ ਅੱਛਾ ਖੇਡਿਆ, ਪਰ ਜਿਹੜੀ ਟੀਮ ਨੇ ਜ਼ਿਆਦਾ ਅੱਛਾ ਖੇਡਿਆ ਉਹ ਜਿੱਤ ਗਈ, ਸੋ ਅਸੀਂ ਹਾਰ ਗਏ। ਐਂਡ ਕੰਗਰੈਚੁਲੇਸ਼ਨਸ ਟੂ ਆਲ ਪਾਕਿਸਤਾਨੀ। ਪਰ ਮੁਹੰਮਦ ਰਿਜ਼ਵਾਨ ਬਹੁਤ ਵਧੀਆ ਖੇਡਿਆ, ਅਤੇ ਸਾਡਾ ਅਰਸ਼ਦੀਪ, ਉਹਦੀ ਕੰਟਰੋਵਰਸੀ ਕ੍ਰੀਏਟ ਹੋ ਗਈ ਇੱਧਰ, ਪਰ ਚੰਡੀਗੜ੍ਹ ਦੇ ਵਿੱਚ ਸਾਡੇ ਇੱਧਰ ਆਤਿਸ਼ਬਾਜ਼ੀਆਂ ਕੀਤੀਆਂ ਗਈਆਂ ਪਾਕਿਸਤਾਨ ਦੇ ਜਿੱਤਣ 'ਤੇ, ਪਟਾਕੇ ਵਜਾਏ ਗਏ। ਪਰ ਹੁਣ ਉਹਨਾਂ ਨੂੰ ਵੀ ਇੰਡੀਅਨ ਜਿਹੜੇ ਭੇਡ ਚਾਲ ਵਾਲੇ ਲੋਕ ਆ ਉਹਨਾਂ ਨੂੰ ਵੀ ਖਾਲਿਸਤਾਨੀ ਨਾ ਕਹਿ ਦਿਓ ਹੁਣ ਕਿਤੇ, ਠੀਕ ਹੈ। ਸੋ ਵੀਡੀਓ ਹੈ ਜਿਹੜੀ ਅੱਜ ਦੀ ਇੱਕ ਦੇਖਦੇ ਹਾਂ ਤੁਹਾਡੇ ਨਾਲ, ਉਹਦੇ ਬਾਰੇ ਗੱਲਾਂ ਬਾਤਾਂ ਆਪਾਂ ਨਾਲ ਨਾਲ ਡਿਸਕਸ਼ਨ ਕਰਾਂਗੇ ਸਾਰੀ। ਸੋ ਡਿਟੇਲਡ ਵੀਡੀਓ ਹੈ, ਚੈੱਕ ਦਿਓ ਫਟੇ, ਸਬਸਕ੍ਰਾਈਬ ਵਾਲੇ। ਜੀਤ ਗਏ ਬਈ, ਜੀਤ ਗਏ। ਅਬ ਆਇਆ ਨਾ ਮਤਲਬ, ਜਬ ਮੈਚ ਹੋਤਾ ਇਤਨਾ ਕਲੋਜ਼, ਉੱਪਰ ਸੇ ਆਪ ਜੀਤ ਵੀ ਜਾਏ, ਤਬ ਹੋਤਾ ਹੈ ਡਬਲ ਕਿਸਮ ਕਾ ਮਜ਼ਾ। ਔਰ ਬਿਲਕੁਲ ਉਸੀ ਤਰ੍ਹਾਂ ਕੀ ਜੀਤ ਹਮਨੇ ਖਾਈ ਹੈ ਜਿਸ ਤਰ੍ਹਾਂ ਕੀ ਹਮਨੇ ਹਾਰ ਖਾਈ ਥੀ ਪਿਛਲੇ ਹਫਤੇ ਸੰਡੇ। ਲਾਸਟ ਓਵਰ ਕੇ ਉੱਪਰ ਗੇਮ ਚਲੀ ਗਈ ਥੀ, ਉਸ ਕੇ ਬਾਅਦ ਫਿਰ ਜੋ ਕਭੀ ਇਧਰ ਜਾ ਰਹੀ ਹੈ ਕਭੀ ਉਧਰ ਜਾ ਰਹੀ ਹੈ, ਲੇਕਿਨ ਬੀਚ ਮੇਂ ਅਗਰ ਕਹੀਂ ਨਾ ਕਹੀਂ ਕੋਈ ਫਰਕ ਆਇਆ ਤਾਂ ਵੋ ਆਇਆ ਸਿਰਫ ਔਰ ਸਿਰਫ ਸਵੈਗ ਕਾ, ਜੋ ਕਿ ਮੇਰੇ ਪਾਂਡੂ ਕਾ ਥਾ, ਜੋ ਕਿ ਕਹਤਾ ਭਾਈ ਹੈ ਨਾ, ਭਾਈ ਹੈ, ਉਹ ਕਰ ਲੇਗਾ, ਭਾਈ ਹੈ, ਉਹ ਕਰ ਲੇਗਾ। ਹਮਾਰੇ ਬੋਇਜ਼ ਨੇ ਉਸ ਤਰ੍ਹਾਂ ਨਹੀਂ ਕੀਆ ਥਾ, ਹਾਲਾਂਕਿ ਮੈਂ ਸਕ੍ਰੀਨ ਕੇ ਪਿੱਛੇ ਬੈਠ ਕੇ ਕਹਿ ਰਹਾ ਥਾ ਕਿ ਭਾਈ ਹੈ ਯਾਰ, ਹੋ ਜਾਏਗਾ, ਹੋ ਜਾਏਗਾ, ਲੇਕਿਨ ਮੇਰਾ ਸਵੈਗ ਜੋ ਹੈ ਵੋ ਉਸ ਲੈਵਲ ਦਾ ਨਹੀਂ ਸੀ। ਮੇਰੇ ਪਾਂਡੂ ਕਾ ਸਵੈਗ ਹੋਤਾ ਹੈ, ਉਸੇ ਸੇ ਯਾਦ ਹੈ ਕਿ ਮੇਰੇ ਪਾਂਡੂ ਕੋ ਇਤਨੀ ਮਾਰ ਪੜ ਗਈ ਯਾਰ ਇਸ ਮੈਚ ਕੇ। ਸਾਰਾ ਕਾ ਸਾਰਾ ਸਵੈਗ ਮੇਰੇ ਦੋਸਤ ਕਾ ਨਿਕਲ ਗਿਆ, ਇੱਕ ਤਾਂ ਜ਼ੀਰੋ ਕੇ ਉੱਪਰ ਆਊਟ ਹੋ ਗਿਆ, ਉੱਪਰ ਸੇ ਪਹਿਲੇ ਓਵਰ ਕੇ ਅੰਦਰ ਹੀ ਆਪਣੇ ਕੋਈ 14 ਰਨਸ ਖਾ ਲਏ ਮੇਰੇ ਦੋਸਤ ਨੇ। ਖੈਰ, ਪਾਕਿਸਤਾਨੀ ਟੀਮ ਨੂੰ ਕ੍ਰੈਡਿਟ ਦੇਣਾ ਪੜੇਗਾ ਕਿ ਆਪ ਜਿੱਤ ਰਹੇ ਹੋ ਕਿ ਹਾਰ ਰਹੇ ਹੋ, ਜਿਸ ਮਰਜ਼ੀ ਸਿਚੁਏਸ਼ਨ ਮੇਂ ਹੋ, ਜਿਸ ਮਰਜ਼ੀ ਟੀਮ ਕੇ ਖਿਲਾਫ ਹੋ, ਐਸਾ ਹੋ ਹੀ ਨਹੀਂ ਸਕਤਾ ਕਿ ਐਂਡ ਮੇਂ ਆਤੇ ਆਤੇ ਤੱਕ ਆਪਕਾ ਜੋ ਆਡੀਅੰਸ ਹੈ ਨਾ, ਉਨਕਾ ਬੀਪੀ ਲੋ ਨਾ ਹੋ ਗਿਆ। ਉਹ ਵਿਚਾਰੇ ਜੋ ਪੜੇ ਮੇਂ ਮੂੰਹ ਸੇ ਝਾਗ ਨਿਕਲ ਰਹੀ, ਕਿਸੇ ਕੋ ਮਿਰਗੀ ਕਾ ਦੌਰਾ ਪੜਾ ਹੋਵੇ ਕੋਈ ਮਾਸੂਮ ਉਹਦੇ। ਸਟਾਰਟਿੰਗ ਦੇ ਵਿੱਚ ਇਦਾਂ ਸੀਗਾ, ਮੈਨੂੰ ਆਏ ਸੀਗਾ ਸ਼ਾਇਦ 200 ਤੱਕ ਆ ਹੀ ਦਊਗੀ ਇੰਡੀਆ, ਪਰ 180 ਤੱਕ, ਕਿਉਂਕਿ ਪਾਕਿਸਤਾਨ ਦੀ ਟੀਮ ਬਹੁਤ ਵਧੀਆ ਖੇਡੀ ਆ, ਉਹਨਾਂ ਨੇ 180 ਤੱਕ ਸਾਰੇ ਮਤਲਬ ਚੱਕ ਦੇ ਫਟੇ ਆ, ਪਰ ਮੈਨੂੰ ਸੀਗਾ 200 ਤੱਕ ਹੋ ਜੂਗੀ, ਉੱਥੇ ਹੀ ਗੱਲ ਹੋ ਗਈ। ਜੇ 200 ਹੋ ਜਾਂਦੇ ਸ਼ਾਇਦ ਮੈਂ ਵੀ ਫਿਰ ਇੰਡੀਆ ਜਿੱਤ ਜਾਂਦੀ। ਖੈਰ, ਮਾਰ ਰਿਹਾ ਕੋਈ ਆਪਣੇ ਬਾਲ ਖੈਂਚ ਰਿਹਾ, ਇਸ ਕਿਉਂਕਿ ਬੁਰੀ ਹਾਲਤ ਹੋਈ ਵੀ ਤੀ। ਐਂਡ ਮੈਂ ਮੈਚ ਫਸਾਨਾ ਹਮਨੇ ਹੋਤਾ ਹੀ ਹੈ, ਪੂਰਾ ਮੈਚ ਹੋ ਚੁੱਕਾ, ਔਰ ਮੈਨੂੰ ਜੈਨੂਅਲੀ ਅਗਰ ਕਿਸੇ ਬੰਦੇ ਕੀ ਫਿਕਰ ਹੈ ਨਾ, ਤਾਂ ਉਹ ਇਸ ਮਾਸੂਮ ਅਰਸ਼ਦੀਪ ਕੀ ਹੈ ਯਾਰ, ਇਸ ਕੇ ਸਾਥ ਕਿਆ ਹੋ ਰਹਾ ਹੋਗੀ। ਜੋ ਇੰਡੀਆ ਜਨ ਨਹੀਂ, ਮੈਂ ਖਾ ਮੇਰੇ 2001 ਕੀ ਇੱਕ ਵੀਡੀਓ ਉਠਾ ਕੇ ਜੋ ਅਭੀ ਤੱਕ ਜੋਕਸ ਮਾਰ ਰਹੇ ਹੋਤੇ ਹੈ ਕਿ ਪਾਕਿਸਤਾਨ ਮੇਂ ਟੀਵੀ ਟੂਟ ਜਾਏਗਾ, ਪਾਕਿਸਤਾਨ ਮੇਂ ਟੀਵੀ ਟੂਟ ਜਾਏਗਾ, ਯਾਰ ਹਮਾਰੇ ਘਰ ਕੇ ਅੰਦਰ 4-5 ਟੀਵੀ ਪੜੇ ਹੋਤੇ ਹਮ, ਤਾਂ ਅਸੀਂ ਤੋੜ ਰਹੇ ਹੋਤੇ ਹੈ, ਪੈਸੇ ਕੀ ਕੋਈ ਕਮੀ ਨਹੀਂ ਹੈ ਯਹਾਂ ਪੇ। ਵੈਸੇ ਵੀ ਯਹਾਂ ਕੇ ਲੋਕ ਜੋ ਹੈ ਵੋ ਮੀਡੀਆ ਪੇ ਆਨੇ ਕੇ ਲੀਏ ਇਤਨੇ ਜ਼ਿਆਦਾ ਉਤਾ। ਅਰਸਲਨ ਵੀਰੇ, ਕੋਈ ਜ਼ਿਆਦਾ ਵੱਡੀ ਸ਼ੱਕੀ ਨਹੀਂ ਹੋਇਆ ਸੀ ਕਿ 4-5 ਟੀਵੀ ਆਮ ਹੀ ਪਏ ਹੁੰਦੇ ਹਰ ਘਰ 'ਚ, ਕਿੱਥੋਂ ਹੁੰਦੇ ਯਾਰ 4-5 ਟੀਵੀ, ਕਿਉਂਕਿ ਇਕੱਲੇ ਪਾਕਿਸਤਾਨ, ਕਿਸੇ ਮਰਜ਼ੀ ਕੰਟਰੀ ਦੀ ਗੱਲ ਕਰ ਲਓ, ਕਿਸੇ ਘਰ 'ਚ ਨਹੀਂ ਹੁੰਦੇ। ਅਰਸ਼ਦੀਪ ਨੇ ਯਾਰ ਇੱਕ ਕੈਚ ਛੱਡਿਆ, ਫਿਰ ਕੀ ਹੋ ਗਿਆ? ਮਤਲਬ ਉਹਨੂੰ ਤੁਸੀਂ ਖਾਲਿਸਤਾਨੀ ਦਾ ਅਟੈਕ ਦਿੱਤਾ, ਇੱਥੇ ਮਤਲਬ ਇਹ ਨਹੀਂ ਹੈ ਉਹ ਖਾਲਿਸਤਾਨੀ ਹੈ ਜਾਂ ਨਹੀਂ ਹੈ, ਬਟ ਦਾ ਮੇਨ ਥਿੰਗ ਇਜ਼ ਕਿ ਜੇਕਰ ਇੱਕ ਪਲੇਅਰ ਹੈ, ਪਲੇਅਰ ਤੋਂ ਕੈਚ ਛੱਡਿਆ ਗਿਆ, ਫਿਰ ਕੀ ਹੋ ਗਿਆ ਯਾਰ? ਅੱਗੇ ਵੀ ਬੜੇ ਬੜੇ ਵੱਡੇ ਜਿਹੜੇ ਸੁਪਰ ਕ੍ਰਿਕਟਰਸ ਆ, ਉਹਨਾਂ ਨੇ ਕੈਚ ਛੱਡੇ ਆ, ਅਤੇ ਇੱਕ ਨਵੇਂ ਮੁੰਡੇ ਨੇ ਕੈਚ ਛੱਡਦੇ, ਤੁਸੀਂ ਉਹਨੂੰ ਇੱਦਾਂ ਕਹਿ ਰਹੇ ਹੋ ਯਾਰ? ਪੜਦਾ ਹੈ ਲੇ ਯਾਰ, ਮਤਲਬ ਭੇਡ ਚਾਲ ਦੀ ਵੀ ਹੱਦ ਹੁੰਦੀ ਹੈ। ਸੀਰੀਅਸਲੀ, ਇਹਦੇ 'ਤੇ ਬੜਾ ਮਤਲਬ ਦਿਲ ਜਿਹਾ ਟੁੱਟਿਆ ਸੀਗਾ ਕਿ ਇੱਦਾਂ ਕਿਉਂ ਆ, ਬਟ ਆਈ ਸਪੋਰਟ ਅਰਸ਼ਦੀਪ। ਕਾਬਲੇ ਔਰ ਇਤਨੇ ਜ਼ਿਆਦਾ ਓਛੇ ਹੋ ਜਾਤੇ ਕਿ ਉਹ ਟੀ ਵੀ ਕਿਹਾ, ਉਹ ਤੋਂ ਬੀਵੀ ਕੋ ਵੀ ਤੋੜਨਾ ਸ਼ੁਰੂ ਹੋ ਜਾਏ। ਜਦ ਵੀ ਕੋਈ ਨਿਊਜ਼ ਚੈਨਲ ਵਾਲਾ ਆਤਾ ਨਾ, ਤਾਂ ਉਸਕੇ ਸਾਹਮਣੇ ਸਟਾਈਲ ਮਾਰਨੇ ਕੇ ਲਈ ਤੋੜਨਾ ਸ਼ੁਰੂ ਹੋ ਰਿਹਾ, ਅਤੇ ਮਜ਼ਾਕ ਬਣਾਉਣੇ ਕੇ ਲਈ ਵੀ ਤੋੜ ਰਹੇ ਹੋਤੇ, ਤਾਂ ਇਸ ਕਿਸਮ ਕੇ ਚੱਕਰ ਹੋ ਰਹੇ ਹੋ, ਤਾਂ ਔਰ ਕੋਈ ਇਤਨਾ ਕੋਈ ਸੀਰੀਅਸ ਨਹੀਂ ਹੈ। ਲੇਕਿਨ ਉਸੀ ਜੋਕ ਕੋ ਪੇਲ ਪੇਲ ਕੇ ਜੋ ਹੈ ਨਾ, ਬਹੁਤ ਹੀ ਜ਼ਿਆਦਾ ਘਿਸਾ ਦੀ ਆਪ ਲੋਕਾਂ ਨੇ। ਮੁਝੇ ਜੋ ਅਸਲ ਮੈਂ ਟੈਨਸ਼ਨ ਹੋ ਰਹੀ ਹੈ, ਉਹ ਇਸ ਚੀਜ਼ ਕੀ ਹੋ ਰਹੀ ਹੈ ਕਿ ਅਸਲ ਜਜ਼ਬਾਤੀ ਤੋਂ ਇਨਕੇ ਫੈਨਸ ਹੈ, ਇਹਨਾਂ ਜੋ ਇਸ ਮਾਸੂਮ ਕੇ ਸਾਥ ਅਭੀ ਕਰਨਾ ਹੈ ਨਾ, ਮੈਂ ਅਭੀ ਸੇ ਹੀ ਗੈਸ ਕਰਕੇ ਬਤਾ ਸਕਤਾ ਹੂੰ ਕਿ ਇਸਕੇ ਘਰ ਕੇ ਉੱਪਰ ਹੀ ਪਥਰਾ ਹੋ ਜਾਣਾ, ਔਰ ਪਤਾ ਨਹੀਂ ਕਿਆ ਕੁਛ ਹੋ ਜਾਣਾ, ਇਸਕੇ ਪੁਤਲੇ ਵੀ ਜਲਾ ਦੋਗੇ ਤੁਮ ਲੋਕ। ਇਹ ਕੈਚ ਮਾਸੂਮ ਨੇ ਛੋੜ ਦੀ, ਹਮਾਰੇ ਇੱਧਰ ਫਖਰ ਦੇਖੋ ਯਾਰ, ਕੈਸੇ ਡੀਟ ਬਣ ਕੇ ਜੋ ਹੈ ਉਹ ਬੜੀ ਸਕਰੀਨ ਕੇ ਉੱਪਰ ਆਪਣੇ ਦੇਖ ਰਿਹਾ ਤਾਂ ਮਿਸ ਫੀਲਡਿੰਗ ਵਗੈਰਾ ਇਹ ਵੋ, ਤੋ ਕੈਚਿਸ ਕਾ ਕੈਚਿਸ ਛੋੜ ਕੇ ਉੱਪਰ ਨਹੀਂ ਉਛਾਲ ਉਛਾਲ ਕੇ ਛੱਕੇ ਵੀ ਦੇ ਰਹੇ ਤੇ ਕਿ ਪਿੱਛੇ ਜਾਓ ਛੱਕਾ ਵੀ ਹੋ ਜਾਏ। ਬਾਅਦ ਮੈਂ ਕਹਤਾ ਕਿਆ ਹੋ ਗਿਆ, ਬਸ ਹੋ ਗਿਆ ਨਾ, ਬਸ ਹੋ ਗਿਆ, ਸਕਰੀਨ ਕੇ ਉੱਪਰ ਮੁਕਰ ਕੇ ਕਹਿ ਰਿਹਾ ਤਾ ਮਾਰਾ ਦੋਸਤ, ਇਸ ਤਰ੍ਹਾਂ ਹੋਤੇ ਹਮਾਰੇ ਡੀਟ ਹਮ ਮਾਫ ਵੀ ਕਰ ਦੇਂਗੇ ਉਸਕੋ। ਖੈਰ, ਇੰਟਰਨੈਟ ਕੇ ਉੱਪਰ ਇੱਕ ਵੀਡੀਓ ਵੀ ਸਰਕੂਲੇਟ ਕਰ ਰਹੀ ਹੈ, ਜਿਸਕੇ ਅੰਦਰ ਇਹ ਦਿਖਾਇਆ ਜਾ ਰਿਹਾ ਕਿ ਜੋ ਡਰੈਸਿੰਗ ਰੂਮ ਹੈ, ਉਸਕੇ ਅੰਦਰ ਜੋ ਇਹ ਅਰਸ਼ਦੀਪ ਕੇ ਸਾਥ ਮਾਸੂਮ ਕੇ ਸਾਥ ਜੋ ਹਰਕਤਾਂ ਹੋ ਰਹੀ ਹੈਂ, ਵੋ ਉਸਕੀ ਵੀਡੀਓ ਲੀਕ ਹੋ ਚੁੱਕੀ ਹੈ, ਦੇਖ ਲਿਆ ਆਪ ਲੋਕ ਕਿਆ ਹੋ ਰਿਹਾ ਉਸਕੇ ਸਾਥ। ਅੱਛਾ ਯਾਰ, ਮੈਂ ਕਿਹਾ ਸੱਚੀ ਪਤਾ ਨਹੀਂ ਕਿਹੜੀ ਵੀਡੀਓ ਵਾਇਰਲ ਹੋ ਗਈ। ਨਹੀਂ ਬਾਈ, ਡਿਫੈਂਸ 'ਚ ਇਸ ਕਰਕੇ ਨਹੀਂ ਆਏ ਕਿ ਉਹਨੇ ਕੈਚ ਛੱਡਿਆ ਤੇ ਲੋਕੀ ਉਹਨੂੰ ਕਹਿਣ ਲੱਗੇ, ਲੋਕੀ
ਦਿੰਦੇ ਕਿ ਬੰਦਾ ਕਿਸ ਕਮਿਊਨਿਟੀ ਨਾਲ ਰਿਲੇਟਡ ਆ ਜਾਂ ਕਿਸ ਐਕਟੀਵਿਟੀਜ਼ ਦੇ ਵਿੱਚ ਇਹਦਾ ਹੱਥ ਆ। ਮਤਲਬ ਕੀ ਹੈ ਇਹ, ਮਤਲਬ ਕੁਝ ਮਾਈਕਰੋ ਸੈਕਿੰਡਸ, ਮਤਲਬ ਕੈਚ ਛੱਡਿਆ ਅਤੇ ਉੱਥੋਂ ਬੰਦਾ ਡਿਕਲੇਅਰ ਕਰਤਾ ਕਿ ਉਹ ਖਾਲਿਸਤਾਨੀ ਹੈ, ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਹੈ। ਐਂਡ ਇਹਦੇ 'ਚ ਇਹ ਗਲਤ ਸਹੀ ਦੀ ਗੱਲ ਨਹੀਂ, ਗੱਲ ਇਹ ਹੈ ਕਿ ਯਾਰ ਬੰਦਾ ਕੈਚ ਕਰ ਰਿਹਾ, ਕੈਚ ਛੱਡਿਆ ਗਿਆ, ਦੈਨ ਫਿਰ ਕੀ ਹੋ ਗਿਆ? ਮਤਲਬ ਗੇਮ ਹੈ, ਇਟਸ ਅ ਗੇਮ। ਕੱਲ੍ਹ ਨੂੰ ਕੋਈ ਕੋਈ ਹੋਰ ਬੰਦਾ ਜਿਹੜਾ ਸਿੱਖ ਨਾ ਹੋਵੇ, ਠੀਕ ਹੈ, ਹਿੰਦੂ ਹੋਵੇ, ਉਹ ਕੈਚ ਛੱਡ ਦੇ ਤਾਂ ਤੁਸੀਂ ਉਹਨੂੰ ਕੀ ਕਹੋਗੇ? ਜਾਂ ਇੱਕ ਮੁਸਲਮਾਨ ਹੋਵੇ, ਉਹ ਕੈਚ ਛੱਡ ਦੇ ਤਾਂ ਉਹਨੂੰ ਤੁਸੀਂ ਕੀ ਕਹੋਗੇ? ਆਤੰਕਵਾਦੀ ਕਹਿ ਦੋਗੇ ਮੁਸਲਮਾਨ ਨੂੰ, ਅਤੇ ਹਿੰਦੂ ਨੂੰ ਕੀ ਕਹੋਗੇ? ਮਤਲਬ ਲੋਕਾਂ ਦੀ ਜਿਹੜੀ ਮਤਲਬ ਆਹ ਨਾ ਥਿੰਕਿੰਗ, ਪਤਾ ਨਹੀਂ ਕਿਸ ਲੈਵਲ ਤੱਕ ਗਿਰ ਜਾਂਦੀ ਹੈ। ਕਿਹੋ ਜਿਹੇ ਲੋਕ ਹੈ ਯਾਰ, ਜਾਂ ਕਿਹੜੇ ਆਈ ਟੀ ਸੈਲਸ ਹੈ ਜਿਹੜੇ ਟਵਿੱਟਰ 'ਤੇ ਬਾਅਦ 'ਚੋਂ ਟ੍ਰੈਂਡ ਕਰਾਉਂਦੇ ਆ ਜਿਹੀਆਂ ਚੀਜ਼ਾਂ? ਹੋ ਗਈ ਸਭ ਇੰਡੀਆ ਜੋ ਹੈ ਵੋ ਇਸ ਮਾਸੂਮ ਅਰਸ਼ਦੀਪ ਕੋ ਗਾਲੀਆਂ ਦੇਣ ਕੇ ਅੰਦਰ ਬਿਜ਼ੀ ਹੈ। ਕੋਈ ਵੀ ਜੋ ਹੈ ਨਾ ਇਸ ਬਾਰੇ ਮੈਂ ਬਾਤ ਹੀ ਨਹੀਂ ਕਰ ਰਿਹਾ ਕਿ ਭੂਵੀ ਨੇ ਕੋਈ ਪਤਾ ਨਹੀਂ 19-20 ਰਨਸ ਕਾ ਓਵਰ ਕਰਾ ਦਿੱਤਾ 19th ਓਵਰ ਜੋ ਥਾ। ਵੈਸੇ ਕੋ ਕਮਾਲ ਕਾ ਭਾਈਚਾਰਾ ਸ਼ੁਰੂ ਹੋਇਆ ਪਾਕਿਸਤਾਨ ਔਰ ਇੰਡੀਆ ਕੇ ਬੀਚ ਮੇਂ, ਉਨਕਾ ਜੋ ਹੈ ਵੋ ਭੂਮੀ ਇੰਜਰ ਹੋਇਆ ਤੋ ਯਹਾਂ ਪੇ ਸ਼ਾਹੀਨ ਸਾਹਿਬ ਵੀ ਜੋ ਹੈ ਵੋ ਬੈਠ ਗਏ, ਉਧਰ ਉਨਕਾ ਜਦੇਜਾ ਇੰਜਰ ਹੋਇਆ ਤੋ ਯਹਾਂ ਪੇ ਧਾਨੀ ਸਾਹਿਬ ਵੀ ਜੋ ਹੈ ਵੋ ਵੀ ਬੈਠ ਗਏ। ਉਨਕਾ ਜੋ ਹੈ ਵੋ ਅਰਸ਼ਦੀਪ ਅਗਰ ਪਾਕਿਸਤਾਨ ਕੀ ਤਰਫ ਸੇ ਖੇਲ ਰਹੇ ਤੋ ਹਮਾਰਾ ਵੀ ਫਖਰ ਜੋ ਹੈ ਵੋ ਇੰਡੀਆ ਕੀ ਤਰਫ ਸੇ ਖੇਲਣਾ ਸ਼ੁਰੂ ਹੋ ਗਿਆ। ਹਮਨੇ ਜੋ ਹੈ ਨਾ ਪੂਰੇ ਕਾ ਪੂਰਾ ਭਾਈਚਾਰਾ ਜੋ ਹੈ ਵੋ ਬੈਲੈਂਸ ਕੀਆ। ਪਰ ਫਖਰ ਭਾਈ ਕੀ ਜੋ ਹਰਕਤ ਇਤਨੇ ਇਸ ਮੈਚ ਕੇ ਅੰਦਰ ਵੋ ਕੁਝ ਬਹੁਤ ਹੀ ਕਮਾਲ ਥੀ। ਸਭ ਸੇ ਪਹਿਲੇ ਤੋ ਮੈਂ ਉਸ ਕੈਚ ਕੇ ਬਾਰੇ ਮੈਂ ਬਾਤ ਕਰੂੰਗਾ ਜੋ ਕਿ ਪਹਿਲੇ ਮੈਚ ਕੇ ਅੰਦਰ ਇਹਨੂੰ ਨੇ ਖੋਲੀ ਕਾ ਡ੍ਰੌਪ ਕੀਆ ਥਾ, ਉਸੇ ਨਸੀਮ ਸ਼ਾਹ ਕੇ ਕੌਨਫੀਡੈਂਸ ਕੋ ਕਿਤਨਾ ਡੈਂਟ ਪੜਾ ਹੋਗਾ, ਔਰ ਉਸਕੇ ਬਾਅਦ ਵੋ ਗੇਮ ਕਹਾਂ ਸੇ ਕਹਾਂ ਪਹੁੰਚੀ ਹੋਤੀ। ਅਗਰ ਇੱਕ ਪਹਿਲੇ ਓਵਰ ਕੇ ਅੰਦਰ ਦੋ ਇੰਡੀਅਨ ਆਊਟ ਹੋ ਚੁੱਕੇ ਹੋਤੇ, ਪ੍ਰੈਸ਼ਰ ਸਿਚੁਏਸ਼ਨ ਹੀ ਕੁਛ ਔਰ ਹੋਤੀ, ਵੋ ਵੀ ਉਹਨੇ ਕੈਚ ਡ੍ਰੌਪ ਕੀਆ ਤੋ ਔਰ ਆਜ ਵੀ ਉਹਨਾਂ ਨੇ ਹਰਕਤਾਂ ਕੀ ਹੈ। ਜਬ ਰੋਹਿਤ ਸ਼ਰਮਾ ਹਮੇ ਬਟ ਫਿਰ ਵੀ ਬਹੁਤ ਵਧੀਆ ਖੇਡਿਆ ਪਾਕਿਸਤਾਨ ਮਾਰ ਰਹਾ ਥਾ, ਉਸਕੇ ਬਾਅਦ ਇਹਨਾਂ ਨੇ ਹਰਕਤ ਕੀ ਹੈ, ਕੁਛ ਦਿਲ ਕੀ ਵੀ ਆਂਖੇ ਬੰਦ ਹੈ, ਔਰ ਇਹ ਭਾਈ ਜੋ ਹੈ ਉਸਕੇ ਗਲੇ ਕੇ ਅੰਦਰ ਹਾਥ ਡਾਲ ਕੇ ਜੋ ਬਾਲ ਨਿਕਾਲਣੇ ਦੀ ਕੋਸ਼ਿਸ਼ ਕਰੇ। ਕਾਲ ਵੀ ਇਹਨੀ ਕੀਤੀ ਕਿ ਮੈਂ ਪਕੜਨ ਲੱਗੂ, ਔਰ ਐਂਡ ਮੈਂ ਹਰਕਤ ਇਹਨਾਂ ਨੇ ਕਿਹਾ ਕਿ ਉਸ ਮਾਸੂਮ ਨੇ ਤਾਂ ਬਸ ਯੂੰ ਹਾਥ ਕੀਏ ਹੋਏ ਥੇ, ਨਾ ਬੈਟਸਮੈਨ ਕੋ ਪਤਾ ਚੱਲ ਰਿਹਾ ਕਿ ਕਿਆ ਹੋ ਰਿਹਾ, ਨਾ ਫੀਲਡਰ ਕੋ ਪਤਾ ਚੱਲ ਰਿਹਾ ਕਿ ਕਿਆ ਹੋ ਰਿਹਾ, ਬਸ ਬਾਲ ਖੁਦ ਹੀ ਜੋ ਹੈ ਵੋ ਉਸਕੇ ਹਾਥੋਂ ਕੇ ਅੰਦਰ ਚਿਮਟ ਗਈ, ਉਸਨੇ ਕਿਹਾ ਮੈਨੇ ਕਹੀਂ ਨਹੀਂ ਜਾਣਾ ਤੀਸਰਾ ਕੈਚ ਹੋ ਗਿਆ, ਵਰਨਾ ਇਹਨਾਂ ਨੇ ਕੋਈ ਕਸਰ ਨਹੀਂ ਛੋੜੀ ਥੀ ਕਿ ਵੋ ਕੈਚ ਵੀ ਡ੍ਰੌਪ ਹੋ ਜਾਏ। ਮਤਲਬ ਸ਼ਾਦੀ ਜੋ ਹੈ ਵੋ ਫਖਰ ਕੀ ਹੋ ਰਹੀ ਹੈ ਔਰ ਔਲਾਦ ਜੋ ਹੈ ਵੋ ਗੋਦ ਮੇਂ ਗਿਰ ਰਹੀ ਹੈ ਬਾਲ ਕੀ ਸੂਰਤ ਮੇਂ। ਲੇਕਿਨ ਐਂਡ ਮੇਂ ਜੋ ਵੋ ਰੂਫੀ ਮਾਸੂਮ ਹੈ, ਉਸਨੇ ਆਪਣਾ ਜੋ ਨਾ ਫੇਫੜੇ ਮਾਸੂਮ ਕੇ ਬਾਹਰ ਨਿਕਲੇ ਹੋਏ ਤੇ ਖੋਲੀ ਜੋ ਹੈ ਫੁੱਲ ਫਾਰਮ ਕੇ ਅੰਦਰ ਖੜਾ ਹੋਇਆ, ਉਸਕੇ ਬਾਅਦ ਲਾਈਸੈਂਸ ਹੈ 36 ਰਨ ਕਾ ਓਵਰ ਨਿਕਾਲਣਾ ਹੈ ਇਸ ਵਕਤ, ਔਰ ਉਸਕੋ ਡਾਟ ਬਾਲਿੰਗ ਕਰਾ ਰਿਹਾ ਹੈ, ਉੱਪਰ ਸੇ ਉਸਕੋ ਆਊਟ ਵੀ ਕਰਦੀ ਹੈ। ਉਸਕੇ ਬਾਅਦ ਜੋ ਤੂਨੇ ਹਰਕਤ ਕੀ ਹੈ ਬਈ, ਦੋ ਬਾਲੋਂ ਕੇ ਉੱਪਰ ਦੋ ਚੌਕੇ, ਕੋਹਲੀ ਵੀ ਵਧੀਆ ਖੇਡਿਆ, ਫੀਲਡਿੰਗ ਕੀ ਦੀ, ਇੱਕ ਤਾਂ ਕੈਚੇਬਲ ਕੀ ਦੇ, ਉਹ 1 ਰਨ 2 ਰਨ ਕਾ ਓਵਰ ਥਾ, ਦੋ ਆਊਟ ਵੀ ਥੇ ਉਸ ਮਾਸੂਮ ਕੇ, ਉਹ ਉਸ ਕੌਨਫੀਡੈਂਸ ਕੇ ਸਾਥ ਹੀ ਨੈਕਸਟ ਮੈਚ ਮੇਂ ਵੀ ਜਾਤਾ ਤੋ ਕਿਆ ਜ਼ਬਰਦਸਤ ਇੱਕ ਸੂਰਤ ਹਾਲ ਬਣ ਜਾਤੀ। ਉਸਕਾ ਕੌਨਫੀਡੈਂਸ ਵੀ ਤੂਨੇ ਮਾਰ ਦਿਆ, ਉੱਪਰ ਸੇ 8 ਰਨ ਤੂਨੇ ਪੜਵਾ ਦਿਆ ਯਾਰ, ਹੱਦ ਹੀ ਹੋ ਗਈ ਬੇਸ਼ਰਮੀ ਕੀ। ਔਰ ਇਹ ਜੋ ਹੈ ਨਾ ਇਸੇ ਤਰ੍ਹਾਂ ਜੋ ਪੈਨਿਕ ਸਟੇਟ ਆਫ ਮਾਈਂਡ ਹੈ ਨਾ, ਇਸੇ ਕੇ ਸਾਥ ਮੈਂ ਇਸਕੋ ਸਾਥ ਲੈ ਲੈ ਕੇ ਚੱਲ ਰਹਾ ਹੂੰ, ਇਹ ਰਾਗੀ ਵਿਚਾਰਾ। ਫਿਰ ਮੈਨੇ ਕਿਹਾ ਚਲੋ ਬੈਟਿੰਗ ਅੰਦਰ ਆ ਗਏ, ਕੋਈ 200 ਕੀ ਸਟ੍ਰਾਈਕ ਰੇਟ ਕੇ ਉੱਪਰ ਹਮ ਸਭ ਕੇ ਮੂੰਹ ਕੇ ਉੱਪਰ ਜੁੱਤਾ ਮਾਰ ਦੇਗਾ, ਉਸਨੇ 200 ਕੀ ਤੂੰ ਨਹੀਂ ਮਾਰੀ, ਉਸਨੇ 20 ਕੀ ਸਟ੍ਰਾਈਕ ਰੇਟ ਕੇ ਉੱਪਰ ਟੈਸਟ ਕੀ ਇਨਿੰਗਸ ਖੇਲ ਲਈ, ਉੱਪਰ ਸੇ ਮੈਚ ਜੋ ਹੈ ਮਜ਼ੀਦ ਇੰਡੀਆ ਕੇ ਹੱਥ ਮੇਂ ਦੇ ਦਿਆ, ਆਊਟ ਵੀ ਹੋ ਗਿਆ। ਅੱਛਾ, ਫਿਰ ਜੋ ਆਊਟ ਵੀ ਹੋਏ ਵੋ ਇਸ ਤਰ੍ਹਾਂ ਕਿਉਂ ਹੋਏ ਕਿ ਬਹੁਤ ਬੁਰੇ ਨੇ ਉਠਾਈ ਹੈ ਤਾਂ ਉੱਪਰ ਜੇ ਜਾ ਰਹੀ ਹੈ, ਔਰ ਉਸਨੇ ਜਬ ਕੈਚ ਪਕੜ ਲਿਆ ਤਾਂ ਪਰੇਸ਼ਾਨ ਹੋ ਕੇ ਦੇਖ ਰਹੇ ਫੀਲਡਰ ਕੋਈ, ਇਹ ਇਸ ਤਰ੍ਹਾਂ ਕੈਚ ਥੋੜੀ ਹੋਤਾ ਹੈ। ਹਮਨੇ ਤਾਂ ਇਹ ਰੂਲ ਸੈੱਟ ਕੀਏ ਹੋਏ ਤੇ ਕਿ ਜੀ ਬਾਲ ਉਠਾ ਕੇ ਜੋ ਚੌਕੇ ਕਰਨੇ ਤੇ ਬਈ ਇਹ ਕੋਈ ਰੂਲ ਨਹੀਂ ਹੋਤੀ, ਇਹ ਤੇਰੇ ਹੀ ਰੂਲ। ਐਸੇ ਵਰਸਦੀ ਮਾਸੂਮ ਨੇ ਜੋ ਕੈਚ ਡ੍ਰੌਪ ਕੀਆ ਥਾ ਨਾ ਯਾਰ, ਉਸਸੇ ਪਹਿਲੇ ਮੇਰਾ ਖਿਆਲ ਮੈਂ ਕੋਈ 1.5 ਘੰਟਾ ਲਿਆ ਤਾਂ ਥਰਡ ਅੰਪਾਇਰ ਨੇ ਵੋ ਜੋ ਆਸਿਫ ਅਲੀ ਕਾ ਜੋ ਵੋ ਸਨਿਕੋ ਕੇ ਉੱਪਰ ਆ ਰਹਾ ਥਾ, ਵੋ ਰੋਹਿਤ ਸ਼ਰਮਾ ਤਾਂ ਵੈਸੇ ਵੀ ਕੋਈ ਮੈਂਟਲ ਹੋ ਗਿਆ ਤਾਂ ਪਹਿਲੇ ਤਾਂ ਅਰਸ਼ਦੀਪ ਕੇ ਉੱਪਰ ਵੀ ਪਾਗਲ ਹੋ ਗਿਆ, ਬਸ ਫਿਰ ਆਊਟ ਹੋ ਗਿਆ, ਖੈਰ ਉਸਕੇ ਤਾਂ ਪੂਰਾ ਇੰਡੀਆ ਹੀ ਪਾਗਲ ਹੋ ਗਿਆ ਥਾ ਉਸਕੇ ਉੱਪਰ। ਲੇਕਿਨ ਉਸਕੇ ਬਾਅਦ ਜੋ ਹੈ ਵੋ ਅੰਪਾਇਰੋਂ ਕੇ ਉੱਪਰ ਵੀ ਜਾ ਕੇ ਉਨਸੇ ਵੀ ਲੜਾਈਆਂ ਕਰ ਰਿਹਾ, ਇਸਕੇ ਉੱਪਰ ਵੀ ਲੜ ਰਿਹਾ ਕਿ ਭਾਈ ਇਹ ਕੌਨ ਸਾ ਯਾਰ, ਇਹ ਕੌਨ ਸਾ ਸਨਿਕੋਮੀਟਰ ਕੇ ਅੰਦਰ ਜੋ ਪਹਿਲਾ ਮੈਚ ਹੋਇਆ ਥਾ ਨਾ ਏਸ਼ੀਆ ਕੱਪ ਕਾ, ਉਸਕੇ ਅੰਦਰ ਐਗਜੈਕਟਲੀ ਇਸੀ ਕਿਸਮ ਕਾ ਆਊਟ ਦੇ ਦਿਓ ਥਾ। ਮੈਨੇ ਕੋਈ ਪਿਛਲੀ 2 ਐਪੀਸੋਡ ਪਹਿਲੇ ਇਸੀ ਕੇ ਬਾਰੇ ਮੈਂ ਬਾਤ ਕੀ ਵੀ ਥੀ ਕਿ ਯਾਰ ਇਤਨੀ ਜੋ ਮੂਵਮੈਂਟ ਹੋਤੀ ਹੈ ਇਸਕੇ ਉੱਪਰ ਲਾਈਨ ਕੇ ਉੱਪਰ, ਇਹ ਤੋ ਜੋ ਬੈਟਸਮੈਨ ਹੋਤਾ ਉਸਕੇ ਪੇਟ ਮੇਂ ਸੇ ਗੁੜ ਗੁੜ ਕੀ ਆਵਾਜ਼ੋ ਸੇ ਇਤਨੀ ਮੂਵਮੈਂਟ ਆ ਜਾਤੀ ਹੈ, ਇਸਕੇ ਉੱਪਰ ਕੌਨ ਸਾ ਆਊਟ ਬਣਦੇ ਹੋ, ਇਸਕੇ ਉੱਪਰ ਵੀ ਸੋਚ ਰਹੇ ਥੇ ਕਿ ਆਊਟ ਹੈ ਕਿ ਨਹੀਂ, ਯਾਰ ਹੱਦ ਹੋ ਗਈ ਭਾਈ। ਕਿਉਂਕਿ ਹਰਕਤ ਕਿਆ ਥੀ ਇਸਕੇ ਉੱਪਰ ਜੋ ਇਤਨਾ ਟਾਈਮ ਲੈ ਰਹੇ ਥੇ, ਇਨਕੀ ਪੂਰੀ ਕੋਸ਼ਿਸ਼ ਥੀ ਕਿ ਭਾਈ ਇਸਕੇ ਉੱਪਰ ਆਊਟ ਦੇ ਦੇ। ਖੈਰ 1.5 ਘੰਟਾ ਉਹਨਾਂ ਨੇ ਲਗਾਇਆ ਇਸਕੇ ਉੱਪਰ, ਨੋਟ ਆਊਟ ਦੇ ਦੀ, ਉਸਕੇ ਬਾਅਦ ਆਸਿਫ ਭਾਈ ਨੇ ਜੋ ਸ਼ੋਟ ਇਹ ਖੇਲ ਲਈ ਕਿ ਵੋ ਤਾਂ ਸ਼ੁਕਰ ਅਰਸ਼ਦੀਪ ਭਾਈ ਜੋ ਹਮਾਰੀ ਸਾਈਡ ਪੇ ਥੇ ਤੋ ਉਹਨਾਂ ਨੇ ਵੋ ਕੈਚ ਪਕੜਾ ਨਹੀਂ ਤੋ ਗੇਮ ਉਧਰ ਜੋ ਹੈ ਬਿਲਕੁਲ ਹੀ ਪਲਟ ਗਈ। ਖੈਰ ਜੋ ਵੀ ਉਹ ਜੋ ਸਟਾਰਟ ਕੀਆ ਥਾ ਇੰਡੀਆ ਨੇ, ਉਸਕੇ ਅੰਦਰ ਜੋ ਸ਼ਰਮਾ ਨੇ ਔਰ ਕੇ ਐਲ ਰਾਹੁਲ ਨੇ ਇਨਿੰਗਸ ਖੇਲੀ ਥੀ, ਹਮਾਰੇ ਜਿਤਨੇ ਵੀ ਜੋ ਬੋਇਜ਼ ਹੈ ਨਾ ਫਾਸਟ ਬੋਲਰਸ, ਉਨਕੀ ਜੋ ਹੈ ਵੋ ਲੱਗ ਪਤਾ ਗਿਆ ਥਾ ਕਿ ਭਾਈ ਕਿਸ ਕਿਸਮ ਕੀ ਬੈਟਿੰਗ ਹੈ। ਹਮ ਬਹੁਤ ਹੀ ਜ਼ਿਆਦਾ ਥੋੜ੍ਹੇ ਓਵਰ ਹੋ ਜਾਤੇ, ਇੱਕ ਦੋ ਦਫਾ ਹਮਨੇ ਉਨਕੋ ਆਊਟ ਕਿਆ ਕਰ ਦਿਆ ਤੋ ਹਮ ਸਮਝਤੇ ਕਿ ਕੱਲ ਕੇ ਬੱਚੇ ਐਸੀ ਕੋਈ ਬਾਤ ਨਹੀਂ, ਉਹ ਬੜੀ ਉਮਰੋਂ ਸੇ ਖੇਲ ਰਹੇ ਹੈ, ਉਨਕੇ ਰਿਟਾਇਰਮੈਂਟ ਕੇ ਦਿਨ ਆਏ ਹੋਏ, ਉਨ੍ਹਾਂ ਨੇ ਆਪਣਾ ਪੁਆਇੰਟ ਪ੍ਰੂਫ ਕੀਆ
छोटे मैचेस नहीं होते इंडिया वाले, क्रूशल मैचेस होते हैं, नर्व्स वाले होते हैं, इसके अंदर जो है उसके पास कम से कम एक्सपीरियंस है। अगर ये मैच है फीलिंग्स वाले होते हैं इंडिया पाकिस्तान या किसी और नसीम वगैरह को कोई अच्छी टिप भी देते थे कि भाई इधर बॉल करा, इसकी ये वीकनेस है या इस पिच के ऊपर यहाँ पे पिच करनी चाहिए, अगर उससे नहीं भी हो रही बाज़ वक़्त आपके दिमाग में तो चीज़ होती है ना, एक्सपीरियंस भी किसी चिड़िया का नाम है लेकिन आपसे एग्जीक्यूट नहीं हो रहा तो आप किसी और को अच्छा मशवरा ही दे देते हैं। हसनैन ने क्या मशवरे देने होंगे बाकियों को, वो तो खुद मशवरे मांग रहा होगा, कुट्टें खा खा के मासूम की बुरी हालत हुई हुई थी, ठीक है उसमें भी टैलेंट है लेकिन इस किस्म के मैच के ऊपर आप नहीं रख सकते। दूसरा हसन अली को मैं पहले भी ट्वीट कर चुका हूँ, खुदा के लिए टीम के अंदर रख दो, इसने एक एक करके सबको इंजर कर देना है भाई, वो इतनी कुछ स्ट्रीक के ऊपर गया है, सारे जो प्लेयर्स हैं ना वो डरना शुरू हो गए हैं, वो कमरों के अंदर कुंडी लगा के अंदर बैठे हुए होते हैं, उनको यही डर होता है कि भाई नहीं ना आ जा, कोड वर्ड उन्होंने रख दिए, दरवाजे ही नहीं खोलते हैं कि जब तक कोड वर्ड वो बोलेगा नहीं बाहर वाला तब तक हम खोलेंगे नहीं, सब डर रहे हैं इससे कि कभी भी घुस के किसी को भी इंजर कर सकता है, इसको ना रोका ना तो इसने जाके इंडियन प्लेयर्स को भी मारना शुरू कर देना, ये कोई बिल्कुल साइको हो चुका है भाई, इसको टीम में रख लो किसी तरह। खैर कोई बेहतरीन किस्म का कमबैक किया हमारे स्पिनर्स ने जो किया उसके अंदर नवाज और शदाब की मैं क्या ही बात करूँ, एक तो विकेट तो ली उसके बाद जो स्कोर रोका है ये तो आखिरी ओवर के अंदर कोई उन्होंने 10 रन मजीद हमने खा लिए थे फखर साहब की वजह से, वरना ये जो स्कोर था ये कोई भी स्कोर नहीं था जिस तरह इनका स्टार्ट था, कम से कम 200 पे जा रहे थे, कम से कम अभी भी जो है वो 20 रन शॉट थे, 10 रन खाने के बावजूद आखिरी ओवर में तब कोई 30 रन एक शॉट हो जाते अगर वो भी पीछे होता, सारा का सारा क्रेडिट जाता है हमारे स्पिनर्स को, क्या कोई बेहतरीन किस्म का कमबैक किया बॉयज। और नवाज ने तो फिर उसके बाद जो इनिंग्स भी आके खेली है यार, मतलब बॉलिंग नहीं उसने इनिंग्स भी, वो होता है ना खानदान के अंदर एक हमेशा एक बच्चा होता है जो हमेशा से नलायक रहा होता है, उससे किसी को उम्मीद ही कोई नहीं होती ना ग्रेड, बाकी बच्चे जो बड़े ग्रेड फेल आ रहे होते हैं अपनी तरफ से जो है बड़े डॉक्टर इंजीनियर बन जाते हैं और बहुत लोग जो उनकी मिसालें दे रहे होते हैं, ये एक कोई कोने में बैठा होता है जो कहें भी लिफंटर किस्म का होता है नलायक सा होता है और ये कोई बहुत बड़ा बिजनेसमैन बन जाता है, कोई सेलिब्रिटी बन जाता है, इसमें भी चीज़ बनाता है, लोगों को उम्मीद ही नहीं होती है, ये बिल्कुल वही बनता है, इससे ज़्यादा उम्मीद ही नहीं होती लोगों को, और ये बहुत ही कोई कमाल किस्म का, इसकी हाईली अंडर रेटेड हमारे बॉलर है ना वो नवाज है, बेहतरीन थिंकिंग हेड है, सोच के ये बॉलिंग करा रहा होता है, बेहतरीन इसके ओवर निकलते हैं लेकिन वो मेरे में ज़्यादा फ्लेयर नहीं है और उस तरह जो लोग इसको इग्नोर कर लेते हैं, इनको क्रिकेट समझ नहीं होती, सबसे बेहतरीन इस वक्त बॉलर जो है ना हमारे पास नवाज ही है, ऊपर से बैटिंग है तेरी बहुत सॉलिड किस्म की बैटिंग कर लेता है, आज इसको ऊपर भेजा इसने आके पूरी तरह से उसको जो है वो एग्जीक्यूट भी कर दिया, वो मूव जो है ना इस किस्म की मूव्स की भी तारीफ करनी चाहिए कि इसको ऊपर भेजा है तो ये किसी का डिसीजन है, इसके अंदर मैनेजमेंट ने किया है, कप्तान ने किया, जिसने भी किया उनकी तारीफ करना भी बहुत ही ज़रूरी है जिन्होंने ये मूव करके इसको ऊपर भेजा। वो मैंने ट्वीट भी की थी कि बाबर की फॉर्म जो है ना वो खोली नहीं चोरी की, नवाज ने चोरी कर ली भाई, भाई वाह। पर इंडियन मासूम जो है वो पूरा का पूरा प्लान बना के आए थे कि बाबर को किस तरह काउंटर करना है, बाबर को किस तरह आउट कर देना है, और उन्होंने बाबर को आउट कर भी दिया, लेकिन वो भूल गए कि हमारे पास T20 के नंबर 2 रैंक्ड बैट्समैन भी है जो कि है रिजवान। कर बेहतरीन किस्म की बल्लेबाजी, मैं कह रहा हूं रिजवान ने बहुत बढ़िया खेला जो है वो बहुत ही कॉन्फिडेंस के साथ और बहुत ही अच्छी इनिंग्स खेली है। आई डोंट नो बाबर के साथ साथ इसके ऊपर भी लोग बातें करते हैं लेकिन अल्लाह ही खैर करे हमारी कौम जो है ना, मैंने पहले बताया था कि ये कोई चरस भी अच्छी क्वालिटी की नहीं पी रहे, कोई जंगली उगी हुई घास की जो है चरस बना के पीते हैं तभी उनके दिमाग के ऊपर चढ़ गया, या फिर चूना जो है या फिर जो चौक होता है ना जिसे ब्लैक बोर्ड पर लिख रहे होते हैं उसकी लकीरें खींच के वो नाक से सुड़क रहे हैं, दिमाग हमारी पूरी कौम का खराब हो चुका है जो इन लोगों के ऊपर बातें कर रहे होते हैं। रैंकिंग के अंदर आप टॉप 2 के अंदर पकौड़े बेच के नहीं आ सकते हैं भाई, कुछ ना कुछ आपने किया हुआ होता है तभी आप रैंकिंग के अंदर आते हैं, तो आप चुप करके बैठ जाएं, कम से कम जो रैंकिंग में टॉप 2-3 के अंदर आए हैं जो मुल्क को रिप्रेजेंट कर रहे हैं पूरी दुनिया के अंदर, इनकी वजह से इज्जत हो रही है हमारी, बाकी कोई नहीं, जो टीम जो है वो इसी तरह जीती थी 50-60% की हमारी विन परसेंटेज रही है पिछले को 15-20 बल्कि 30-40 सालों से, ये के बारे में हम हर वक्त रोते रहते हैं कि यार जीतना हारना और बात होती है, फाइटिंग क्रिकेट होनी चाहिए, कोई राइवलरी का मजा तो है ना। इंडियंस बेशक हारे लेकिन वो भी कहेंगे कि बाकी आखिरी ओवर तक मैच फंसा हुआ था और हमें मजा आया, पिछला मैच भी इसी तरह था कि आखिरी ओवर तक गया हुआ था हमें भी मजा आ रहा था, लो स्कोरिंग था हमने कम स्कोर किया था, इसमें तो स्कोर भी बड़ा जबरदस्त हुआ था और हमारी जो है बैटिंग वैसे भी हम सबको पता है कि किस किस्म की है, तो बेहतरीन किस्म की क्रिकेट हुआ और यही क्रिकेट जो है बहुत जरूरत भी है क्रिकेट वर्ल्ड को, आप सोचें कि हमारी जो थर्ड वर्ल्ड है अगर इसी को हम लोग कैश करें, इस चीज़ को एशेज की तरह हम लोग करें, हर साल में एक दफ़ा हमारे जो है 5 या 7 मैचेस की T20 की सीरीज हो, उसके बाद एक टेस्ट मैचेस की सीरीज हो, साल में एक दफ़ा ये हर दफ़ा हो, ODI को रहने दें बेशक, यही सिर्फ कर लें और अपनी लीग्स ही खेलते रहें तो इतने पैसे इस रीजन में जनरेट होना शुरू हो जाएंगे कि और कहीं कुछ करने की जरूरत नहीं पड़ेगी, इतनी बड़ी इंडस्ट्री खड़ी हो सकती, गोरे वहाँ पर जो है ना जो NFL और पता नहीं NBA वगैरह को स्पॉन्सर कर रहे होते हैं वो भी इधर घुस के एप्पल और इस के ब्रांड्स आ रहे होंगे जो कि हमारी टीम्स को स्पॉन्सर कर रहे होंगे कि यार ये इतना बड़ा मेला लगा हुआ है इसके अंदर किसी तरह पैसे लगाओ, और ऐसा भी नहीं पॉइंट है दूसरे के साथ खोते की तरह लड़ रहे हो ना, कुत्तों की तरह लड़ रहे होते हो, वही लड़ो लेकिन ग्राउंड के अंदर लड़ो, इसको कैश करो, इसी हेट्रेड को, इसी लड़ाई को, इसी को कैश, फायदा फायदा चको उस चीज का यार, मतलब नजारे लो।
खेलो, क्रिकेट ले आओ, बाकी स्पोर्ट्स भी ले आओ, इस किस्म की राइवलरी करो ताकि कम से कम उसी चीज जो उन्होंने बनाई हुई उसकी वजह से हमको रेवेन्यू क्रिएट करना शुरू हो जाए और दोनों मुल्कों का बहुत फायदा होगा। अच्छा, लोग अब कुछ ये भी सोच रहे होंगे कि यार ये पहले भी तो हुआ करता था, तो उस वक्त हमारे मुल्कों के हालात क्यों नहीं बदल गए, तब भी तो पाकिस्तान और इंडिया की इतनी राइवलरी होती थी क्रिकेट होती। तो भाई उस वक्त जो है ना वो दूरदर्शन और पीटीवी हुआ करता था, एक एक चैनल था। अब जमाना बदल चुका है, अब आ चुका है सोशल मीडिया, अब आ चुके हैं आपके प्राइवेट तकरीबन 300 चैनल होते हैं। अब आपको कोई आइडिया नहीं कि कितनी बड़ी हाइप बन सकती है इन सब चीजों। खैर मेरी कौन सुनता है भाई, आपस में लड़ते रहो, जो कर रहे हो उसी तरह करते रहो, उसी तरह ख्वार होते जाएंगे, हम गोरों के नीचे ही लगे रहेंगे इसी तरह ही। बट जो भी हो, ये जो टाइम कट ऑफ होता है स्लो ओवर रेट की वजह से, यार ये क्या बला है? मेरे ख्याल में तो ये बिल्कुल भी नहीं चाहिए, इंडिया की पेनल्टी लगी है इसमें। पता की चक्कर है, जिसमें गल वीरे ने बहुत सही की थी कि दूरदर्शन से पीटीवी होंगे सी पहला, बट हूँ की है, हूँ बहुत व्डे व्डे जो प्लेटफॉर्म्स है, हूँ स्टार स्पोर्ट्स है, स्टार स्पोर्ट्स बहुत तगड़ा प्लेटफॉर्म है, तुम्हें पता होना पिछले जने डक्की बाई की भी वीडियो डाती थी, पर उन्हें राइट्स खरीद ले सी यार, मतलब खरीदे हुए हैं सारे, ठीक है। एंड एक पिछले जी भी कोई गल हुई सी, आस्ट्रेलिया दे विच भी मैच हो रहे सी, उहदे राइट्स भी इन्हें खरीद ले सीगे स्टार स्पोर्ट्स वाले ने, ठीक है। एंड मतलब काफ़ी तगड़ा काम है यार इन्हां दी टीआरपी जां जो इन्हां दी एल्गोरिथम जां जां सिस्टम है वह बहुत तगड़े है, ठीक है। ये काफ़ी मतलब सीरीयस ने इस विच, पूरा मतलब इंजॉय दा इंजॉय लोगों को करा रहे, पर किसी दूजे बंदे नूं नेड़े तेड़े भी फड़कन नहीं दिंदे स्टार स्पोर्ट्स वाले मैच के अंदर। लेकिन ये होना नहीं चाहिए यार, एक एक बॉलर जो है उसने 6 डॉट्स अगर करा दिए तो वो तो जल्दी ओवर खत्म हो गया, ये स्पिनर जो है वो जल्दी ओवर खत्म हो गया। एक फास्ट बॉलर है जिसको 6 के 6 छक्के पड़ रहे हैं, रोहित शर्मा वगैरह जो इतने लंबे लंबे छक्के मार रहे हैं, 1.5 मिनट तो लगता है बॉल को लाने में लगने में लग रहा है, ऊपर से हमारे प्लेयर जो है उनको क्रैम पड़े हुए जमीन के ऊपर लेके हुए हैं, और इधर जो है वो टाइमर जो है वो नोट कर रहे होते हैं। भाई ये किस किस का बकवास रूल है, T20 वैसे भी छोटा है, जो जिन चीजों को छोटे करने की जरूरत है उधर कर नहीं रहे हो, और जो वैसे छोटा फॉर्मेट है जिसको बड़े कर रहे हैं, उसको मजीद छोटा करने के लिए अजीब अजीब किस्म की हरकतें कर रहे हैं। फिर कोहली सर जो है उसके बारे में सब रो रहे थे, उनकी फॉर्म वापस आ चुकी है, बहुत बहुत मुबारक हो आपको उसके अंदर ही, फखर साहब को ही हमें वो करना चाहिए, जब वो पहले मैच के अंदर ही आके उन्होंने जो वो इतनी बार से जाती हुई बॉल को किया था, टच किया था और कैच जा रहा था, उन्होंने छोड़ दिया था, तो बड़ी मेहरबानी हो फखर भाई आपने जो है वो गिफ्ट कर दिया है। वही मैं जो हम उस वक्त से कह रहे थे, पता नहीं कितनी वीडियो से हम कह रहे थे कि जो फॉर्म आनी है ना वो एशिया कप में ही आनी है, पाकिस्तान के खिलाफ ही आनी, वो तभी आ गई थी, उससे आई, उसके बाद हांगकांग के खिलाफ उन्होंने कर लिया और इस वर्ल्ड इंडीज खेली, बट दिस इज इट, इससे बेहतर वो कभी भी नहीं खेल रहा था जब अपने प्राइम के ऊपर भी था। अभी इसको ओडीआई में छोड़ दो तो ये सेंचुरी भी मार देगा, अभी तो उसके बाद बॉलें नहीं थी इसलिए उसने इनिंग खेली, उसकी फॉर्म वापस आ चुकी है, और ये फॉर्म वापस आई भी इसीलिए जब उसने बाबर के साथ जो है वो जरसूमा एक्सचेंज किया था, जो इन्होंने हाथ हाथ मल लिए थे आपस में। बाबर को भी चाहिए कि अब वो जो जरसूमा है ना वो किसी और को दे दे, उसको चाहिए कि वो फखर को दे दे, वैसे फखर की तो वैसी कोई फॉर्म नहीं, तो पता नहीं उसको क्या हो, उस पर कैंसिल हो जाएगा कुछ ना कुछ चक्कर हो जाएगा। बाबर भाई के ऊपर जो है शॉट्स तो फिर भी एक दो ठीक ही चल रही थी, लेकिन बहुत ही यार इस बंदे दे ना जेड़े लॉजिक है ना वो मैनूं बड़े पसंद आउंदे है, जिस हिसाब नाल ये गल करदा बड़ा एक बरीकी दे नाल गल करदा है ना, एंड परसेप्शंस भी बड़ियां बणाउंदा है, मतलब सही है। बैटिंग करके तो फिर कंफ्यूज रहा था कि इनको हमने कितने का टारगेट देना है, उसी पैनिक बटन के अंदर जो है हम सब आउट होना शुरू हो जाते हैं कि ज्यादा हो रहे हैं या कम तो नहीं हो गए कहीं ज्यादा, तो वो बेहतर है कि हमने चेज ही कर लिया, इसी वजह से हम जीत गए, वरना हमें कोई आइडिया नहीं होता था हमने कितने रन बना करे। तो श्रीलंका और अफगानिस्तान का भी मैच हुआ था जो कि बड़ा ही जबरदस्त किस्म का हुआ था, फिर एक नेल बाइटर था जो कि श्रीलंका जीत गया। श्रीलंका जो है वो बांग्लादेश वालों ने उनके साथ पंगा लिया था, वो गुस्सा बाकी सब पे कर गए, खुद तो तुम लोग चले गए हो भाई हमारे। चलो गाइस ओरिजिनल लिंक इन द डिस्क्रिप्शन बिलो, तुम जाके पूरी वीडियो देखियो। लेट्स टॉक अबाउट द कुछ गल्लां जिहड़ियां मेरे दिमाग च हैगियां। देखो मतलब वीडियो बहुत अच्छी सी, इन्होंने बड़ी डिटेल नाल सारियां गल्लां दसियां। कल मैं मतलब मैच देखा सीगा, थोड़ा सारा नहीं टोटल नहीं देखा सी पर कुछ देखा सीगा। एंड देखो जिवें हुण इन्होंने कहा कि फखर जमान ने मतलब कोहली नूं मौका देता उन्होंने बाद दोबारा फॉर्म विच वापस आउण दा, पर मेरे ख्याल आपां नूं इदां दी जिहड़ी ब्लेम गेम नहीं खेडनी चाहीदी इक प्लेयर्स दे उत्ते। चलो जे मजाक च लै रहे हैं दैन इट्स गुड टू गो, बट इफ जे तुसीं सीरीयस हो जाते हो लाइक जिदा हुण अर्शदीप दे मामले च होया, जे उहने कैच चढ़ता तां उहदी मतलब सारा कुछ ही चेंज करता है, उन्होंने एक देश का तुसी अलग ही किस्म का इंसान बनाता। एंड मिसटेक नहीं होंगी यार ये, जेकर कैच छड्या गया तो मतलब ठीक है, प्रैक्टिस पर डिपेंड है ना कि तुम कि खेडे हो, कि प्रैक्टिस की है, कि टीम ज़्यादा खेडी है ज़्यादा वधिया खेडी है, मतलब वो जित जाएगी ये कोई वह गल नहीं है यार। एंड वैसे भी दुबई की पिच तो मोस्टली यही चीज़ है कि जी जो बंदा टॉस जितता है मैच भी वही जितता है, सो इदा दीज़ा बड़िया चलदियाँ पे। मैं ट्विटर देखो ट्विटर खोलिया हुआ तो इतने जोड़ा आह अर्शदीप तो चल रहा ना काम, हाँ देखो सब कितने अर्शदीप की ज मुहम्मद रिजवान, चलो ये गल सही है, बट अर्शदीप वाली गल जी गलत जा रही है इतने, ठीक है। तो मैं सारे यही कहना चाहूँगा कि शेम ऑन यू जिहड़े बंदे ये गल्लां कर रहे हैं कि जेकर एक कैच छड्डन नाल तुसी बंदे नूं खालिस्तानी बनाता तो तुहाडा कुछ नहीं हो सकता भाई, फिर ये सारे इदां ही लगदा जिवें पता नहीं की चक्कर है। मैं कल देख रहा सीगा रणवीर सिंह ते कड़ा सीगा
विक्की कौशल, ये दोनों सिद्धू मूसेवाल के गाने नच रहे थे, ठीक है। तो जी मीडिया जिहड़ी कि एक साडा इंडिया का नैटवर्क है, उन्होंने आपके मतलब चैनल दे वीडियो प्ले की, तो सिद्धू मूसेवाल का गाना हटा के गली बॉय का ही एक गाना लाता। मतलब सारी दुनिया ने वो वायरल वीडियो देखी है यार, सबनों पता सिद्धू मूसेवाल का गाना है, तो टीवी पर तुम वो गाना चेंज करके दिखा रहे हो, मतलब की शो की करना चाहते हो। ये मैं थोड़ा एक एग्जाम्पल दी है इदा की, क्योंकि इदा दिन जो चीज़ा बड़ी चलदिया रहा इधर, जीडिया कि गलत गल नहीं होनी चाहिए। पर अफसोस कि असी हार गए, एंड हार गए तो ही असी शुरू की वीडियो, हार गए तो आप खत्म कर रहे हैं। कोई गल नहीं, हजे अगे भी मैच पे है, फिर देखते हैं। पर मैं चाहना कि दोनों जने फाइनल जाण, तो फाइनल च इदा का मैच फसे कैंट, मतलब दोनों टीम वधिया खेडन यार, फिर हार जित ना मायने नहीं करती होंगी, हूँ तो ही कहेंगे। चल ठीक है, मिलते हैं किसी और, सत श्री अकाल।